ਸਤਿ ਸ਼੍ਰੀ ਅਕਾਲ ਜੀ, ਮੈਂ ਹੈਪੀ ਸਿੰਗਲਾ, ਤੁਸੀਂ ਦੇਖ ਰਹੇ ਹੋ ਪਹਿਰੇਦਾਰ ਭਾਰਤ ਨਿਊਜ਼। ਸਭ ਤੋਂ ਪਹਿਲਾਂ ਤਾਂ ਸਾਡੇ ਚੈਨਲ ਦੀ ਪੂਰੀ ਟੀਮ ਵੱਲੋਂ ਹਰਿਆਣਾ ਵਾਸੀਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਹੋਣ। ਪਰਮਾਤਮਾ ਕਰੇ ਇਹ ਸਾਲ ਤੁਹਾਡੇ ਜੀਵਨ ਵਿੱਚ ਖੁਸ਼ੀਆਂ ਲੈ ਕੇ ਆਵੇ। ਅਤੇ ਅੱਜ ਇਹਨਾਂ ਖੁਸ਼ੀਆਂ ਤੋਂ ਸ਼ੁਰੂਆਤ ਕਰਦੇ ਹਾਂ ਕਿ ਸਾਡੇ ਸਿਰਸਾ ਦਾ ਇੱਕ ਬੱਚਾ ਜੋ ਕਿ ਕਹਿ ਸਕਦੇ ਹਾਂ ਵੀ 13.5 ਸਾਲਾਂ ਦਾ ਬੱਚਾ ਹੈ ਅਤੇ ਜਿਸਨੇ ਆਪਣੇ ਜਜ਼ਬੇ ਦੇ ਨਾਲ ਆਪਣਾ ਨਾਮ ਖੱਟਿਆ ਹੈ, ਪਰਿਵਾਰ ਦਾ ਜਿਹੜਾ ਨਾਮ ਹੈ ਉਹ ਰੋਸ਼ਨ ਕੀਤਾ ਹੈ, ਸਕੂਲ ਦਾ ਨਾਮ ਵੀ ਚਮਕਾਇਆ ਹੈ। ਦੱਸ ਦਈਏ ਕਿ 67ਵਾਂ ਜੋ ਚੈਂਪੀਅਨਸ਼ਿਪ ਸੀ ਜੋ ਕਿ ਭੋਪਾਲ ਦੇ ਅੰਦਰ ਸੀ, ਦੇ ਵਿੱਚ ਬੱਚਾ ਸਿਲਵਰ ਮੈਡਲ ਜਿੱਤ ਕੇ ਆਇਆ। ਸਾਡੇ ਨਾਲ ਨਵ ਕਿਰਤ ਹੈ, ਸਾਡੇ ਨਾਲ ਮੌਜੂਦ ਹੈ, ਉਸ ਨਾਲ ਗੱਲਬਾਤ ਕਰਦੇ ਹਾਂ ਅਤੇ ਉਸਦੇ ਜੋ ਖੁਸ਼ੀ ਦੇ ਪਲ ਨੇ ਉਹਨਾਂ ਨੂੰ ਸਾਂਝਾ ਕਰਦੇ ਹਾਂ। ਹਾਂਜੀ ਬੇਟਾ, ਸਭ ਤੋਂ ਪਹਿਲਾਂ ਤਾਂ ਹੈਪੀ ਨਿਊ ਈਅਰ। ਹੈਪੀ ਨਿਊ ਈਅਰ। ਹਾਂਜੀ, ਕਿਵੇਂ ਲੱਗ ਰਿਹਾ? ਬਹੁਤ ਵਧੀਆ ਲੱਗ ਰਿਹਾ ਜੀ। ਬਹੁਤ ਵਧੀਆ ਲੱਗ ਰਿਹਾ। ਤੇ ਕਿੰਨੇ ਸਾਲ ਤੋਂ ਖੇਲ ਰਹੇ ਹੋ ਬੇਟਾ? 2 ਸਾਲ, 2 ਸਾਲ ਦੀ ਪ੍ਰੈਕਟਿਸ। ਹਾਂਜੀ, ਕੀ ਗੇਮ ਸੀ ਬੇਟਾ? ਜਿਵੇਂ ਕਿ ਸਕੂਲ ਵੱਲੋਂ ਪ੍ਰੋਗਰਾਮ ਸੀਗਾ, 67 ਚੈਂਪੀਅਨਸ਼ਿਪ ਸੀਗੀ, ਗੇਮ ਕੀ ਕੀ ਸੀ? 10 ਮੀਟਰ ਏਅਰ ਰਾਈਫਲ ਸੀਗੀ, ਪਿਸਟਲ ਸੀਗੀ, 10 ਮੀਟਰ ਏਅਰ ਰਾਈਫਲ। ਠੀਕ ਹੈ, ਤੇ ਉਸਦੇ ਵਿੱਚ ਤੁਹਾਡਾ ਸਿਲਵਰ ਮੈਡਲ ਹੈ। ਹਾਂਜੀ ਹਾਂਜੀ, ਜੋ ਤੁਹਾਡੇ ਕੰਪੀਟੀਸ਼ਨ ਦੇ ਵਿੱਚ ਸੀ ਉਹ ਕੌਣ ਸਨ? ਸਾਰੀ ਸਟੇਟਸ ਸੀਗੀਆਂ ਜੀ, ਮਹਾਰਾਸ਼ਟਰ, ਮੱਧ ਪ੍ਰਦੇਸ਼, ਹਰਿਆਣਾ, ਪੰਜਾਬ, ਸਾਰੀਆਂ ਸੀਗੀਆਂ ਇੰਡੀਆ ਦੀ। ਠੀਕ ਹੈ। ਹਾਂਜੀ, ਤੇ ਕਿਵੇਂ ਮਹਿਸੂਸ ਹੋਇਆ ਕਿ ਸਕੂਲ ਦੇ ਲਈ ਅੱਜ ਸਿਤਾਰਾ ਬਣੇ ਹੋ? ਹਾਂਜੀ, ਵਧੀਆ ਲੱਗ ਰਿਹਾ ਜੀ, ਇਹ ਤਾਂ ਸਾਡੀ ਸ਼ੁਰੂਆਤ ਹੈ ਜੀ, ਅੱਗੇ ਬਹੁਤ ਅੱਗੇ ਜਾਣਾ। ਹਾਂਜੀ, ਕਿਹੜੇ ਸਕੂਲ ਦੇ ਸਟੂਡੈਂਟ ਹੋ ਬੇਟਾ? ਸੈਂਟ ਜ਼ੇਵੀਅਰ ਸਿਰਸਾ ਜੀ। ਸੈਂਟ ਜ਼ੇਵੀਅਰ ਸਿਰਸਾ। ਕਿੰਨੇ ਦਿਨਾਂ ਦੀਆਂ ਗੇਮਸ ਸਨ, ਜਿਵੇਂ ਕਿ ਤੁਸੀਂ ਭੋਪਾਲ ਗਏ, ਕਿੰਨੇ ਦਿਨਾਂ ਦੀਆਂ ਗੇਮਸ ਸਨ ਜੀ? 26 ਨੂੰ ਸਟਾਰਟ ਹੋਇਆ ਸੀਗਾ, 30 ਜਾਂ ਫਸਟ ਨੂੰ ਸੀਗਾ ਜੀ ਮੈਡਲ ਸੈਰੇਮਨੀ, 30 ਨੂੰ ਖਤਮ ਹੋ ਗਿਆ ਸੀ। ਕਿਹੋ ਜਿਹਾ ਐਕਸਪੀਰੀਅੰਸ ਰਿਹਾ ਬੇਟਾ? ਬਹੁਤ ਵਧੀਆ ਜੀ ਸੀ ਜੀ। ਕਿੰਨਾ ਸਹਿਯੋਗ ਮਿਲਿਆ ਪਰਿਵਾਰ ਦਾ, ਕਿੰਨਾ ਸਹਿਯੋਗ ਸੀ ਸਕੂਲ ਨੇ ਤੁਹਾਨੂੰ, ਕਿੰਨਾ ਸਹਿਯੋਗ? ਪੂਰੀ ਸਪੋਰਟ ਆਈ, ਘਰਦਿਆਂ ਦੀ ਸਪੋਰਟ ਨਾਲ ਹੀ ਆ ਜੀ ਸਾਰਾ ਕੁਛ, ਪੂਰੀ ਸਪੋਰਟ ਆਈ। ਹਾਂਜੀ ਬੇਟਾ, ਆਪਣਾ ਪ੍ਰੇਰਣਾ ਦਾ ਸਰੋਤ ਕਿਸ ਨੂੰ ਮੰਨਦੇ ਹੋ? ਮੈਂ ਆਪਣੇ ਪਾਪਾ ਨੂੰ ਪ੍ਰੇਰਣਾ ਦਾ ਇਨਸਪੀਰੇਸ਼ਨ ਮੰਨਦੇ ਜੀ, ਜਿਹੜੇ ਮੇਰੇ ਵਾਸਤੇ ਦਿਨ ਰਾਤ ਮਿਹਨਤ ਕਰ ਰਹੇ ਤੇ ਪੈਸੇ ਕਮਾ ਕੇ ਮੈਨੂੰ ਸ਼ੂਟਿੰਗ ਚ ਆਉਣਾ। ਮੇਰੇ ਕੋਚ ਸਾਹਿਬ ਦਾ ਬਹੁਤ ਵੱਡਾ ਆਸ਼ੀਰਵਾਦ ਹੈ ਜੀ ਮੇਰੇ ਤੇ, ਮੈਨੂੰ ਪ੍ਰੈਕਟਿਸ ਕਰਵਾਉਂਦੇ ਨੇ ਜੋ, ਉਹਨਾਂ ਦੇ ਸਿਰ ਤੇ ਹੀ ਆ ਜੀ ਮੈਂ ਸਾਰਾ ਕੁਛ। ਹਾਂਜੀ ਬੇਟਾ, ਸਫ਼ਰ ਕਿੱਦਾਂ ਦਾ ਰਿਹਾ? ਜਾਂਦੇ ਹੋਏ ਤਾਂ 25 ਡੇਟ ਨੂੰ ਜੀ ਫਲਾਈਟ ਤੇ ਗਏ ਸੀਗੇ, ਬਾਕੀ ਆਏ ਸੀ ਟ੍ਰੇਨ ਤੇ ਸੀਗੇ। ਵਧੀਆ ਸੀਗਾ ਜੀ ਸਫ਼ਰ, ਵਧੀਆ ਇੰਜੋਏ ਕੀਤਾ। ਹਾਂਜੀ, ਫਿਰ ਤੱਕ ਕਾਫੀ ਫਰੈਂਡ ਵੀ ਬਣੇ ਹੋਣਗੇ? ਹਾਂਜੀ, ਫਰੈਂਡ ਸਾਰੇ ਬਣੇ ਜੀ, ਹਰਿਆਣੇ ਦੀ ਟੀਮ ਗਈ ਸੀ ਨਾਲ, ਸਾਰੀ ਫਰੈਂਡ ਸੀਗੀ ਜੀ। ਹਾਂਜੀ ਬੇਟਾ, ਜਿਵੇਂ ਛੋਟੀ ਉਮਰ ਦੇ ਵਿੱਚ ਜੋ ਬੱਚਿਆਂ ਦਾ ਜਿਹੜਾ ਧਿਆਨ ਹੁੰਦਾ ਹੈ ਨਾ, ਮਤਲਬ ਇਹ ਹੁੰਦਾ ਵੀ ਐਕਸਟਰਾ ਖੇਡਾਂ ਵੱਲ ਹੁੰਦਾ, ਮੌਜ ਮਸਤੀ ਵੱਲ ਹੁੰਦਾ, ਤੁਸੀਂ ਨੈਸ਼ਨਲ ਲੈਵਲ ਤੇ ਤੁਸੀਂ ਪਹੁੰਚੇ ਹੋ, ਛੋਟੀ ਉਮਰ ਹੈ ਹਲੇ, ਮੈਸੇਜ ਕੀ ਦੇਣਾ ਚਾਹੁੰਦੇ ਹੋ ਆਪਣੇ ਬਰਾਬਰ ਦੇ ਬੱਚਿਆਂ ਨੂੰ? ਪ੍ਰੈਕਟਿਸ ਕਰੋ ਜੀ, ਦਿਲ ਲਾ ਕੇ, ਜਾਨ ਲਾ ਕੇ, ਬਾਕੀ ਰੱਬ ਦਾ ਨਾਮ ਲਓ ਜੀ, ਰੱਬ ਨੇ ਹੀ ਸਭ ਕੁਛ ਕਰਾਉਣਾ, ਬਾਕੀ ਜੀ ਵਧੀਆ ਆਪਣੀ ਸਕਸੈਸ ਮਿਲ ਜੂਗੀ ਤੁਹਾਨੂੰ। ਤੋਂ ਪਹਿਲਾਂ ਤਾਂ ਤੁਹਾਨੂੰ ਨਵੇਂ ਸਾਲ ਦੀਆਂ ਵੀ ਅਤੇ ਬੱਚੇ ਦੇ ਜਿੱਤਣੀਆਂ ਵੀ ਬਹੁਤ ਬਹੁਤ ਵਧਾਈਆਂ। ਤੁਹਾਨੂੰ ਜੀ ਬਹੁਤ ਬਹੁਤ ਵਧਾਈਆਂ, ਪ੍ਰੈਸ ਵਾਲੇ ਸਾਥੀਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ, ਪਰਮਾਤਮਾ ਕਰੇ ਤੁਸੀਂ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੋ। ਹਾਂਜੀ ਵੀਰ ਜੀ, ਕਿਵੇਂ ਲੱਗ ਰਿਹਾ ਹੈ ਬੱਚਾ ਸਿਲਵਰ ਮੈਡਲ ਜਿੱਤ ਕੇ ਲੈ ਕੇ ਆਇਆ ਹੈ, ਕਿਹੋ ਜਿਹੇ ਪਲ ਨੇ? ਬਹੁਤ ਵਧੀਆ, ਜਦੋਂ ਆਪਣਾ ਬੱਚਾ ਕਾਮਯਾਬ ਹੁੰਦਾ ਹੈ, ਚਾਹੇ ਸਾਡੇ ਸਮਾਜ ਚੋਂ ਕੋਈ ਵੀ ਬੱਚਾ ਕਾਮਯਾਬ ਹੋਵੇ, ਸਾਨੂੰ ਖੁਸ਼ੀ ਮਿਲਦੀ ਹੈ। ਤੇ ਜਦੋਂ ਆਪਣਾ ਆਪਦਾ ਖੁਦ ਦਾ ਬੱਚਾ ਕਾਮਯਾਬ ਹੋਵੇ, ਔਰ ਅੱਜ ਮੇਰੇ ਵਾਸਤੇ, ਮੇਰੇ ਪਰਿਵਾਰ ਵਾਸਤੇ ਬਹੁਤ ਵੱਡਾ ਖੁਸ਼ੀ ਦਾ ਦਿਨ ਹੈ, ਨਵੇਂ ਸਾਲ ਦਾ ਦਿਨ ਹੈ, ਨਵੇਂ ਸਾਲ ਵਾਲੇ ਦਿਨ ਪਰਮਾਤਮਾ ਨੇ ਖੁਸ਼ੀਆਂ ਬਖਸ਼ੀਆਂ, ਬੱਚੇ ਨੇ ਮਿਹਨਤ ਕੀਤੀ ਹੈ, ਮਿਹਨਤੀ ਹੈ ਬੱਚਾ,
ਔਰ ਕਿਤੇ ਨਾ ਕਿਤੇ ਮਿਹਨਤ ਦੇ ਵਿੱਚ ਉਹਨੇ ਅੱਜ ਤੱਕ ਜਿੰਨੇ ਵੀ ਮੈਚ ਹੋਏ ਆ, ਚਾਹੇ ਕੋਈ ਸਕੂਲੀ ਹੈ, ਸਟੇਟ ਦਾ ਹੈ, ਡਿਸਟ੍ਰਿਕਟ ਦਾ ਹੈ, ਉਹਨੇ ਮਿਹਨਤ ਵੱਲੋਂ ਕਮੀ ਨਹੀਂ ਛੱਡੀ। ਔਰ ਤਕਰੀਬਨ ਤੁਸੀਂ ਇਹ ਮੰਨ ਕੇ ਚੱਲੋ ਵੀ ਹੁਣ ਤੱਕ ਜਿੰਨੇ ਵੀ ਮੈਚ ਹੋਏ ਆ, ਲਗਭਗ ਮੰਨ ਕੇ ਚੱਲੋ 70% ਮੈਚਾਂ ਦੇ ਵਿੱਚੋਂ ਇਹਦਾ ਮੈਡਲ ਹੈ, ਚਾਹੇ ਡਿਸਟ੍ਰਿਕਟ ਹੋਵੇ, ਕੋਈ ਸਟੇਟ ਹੋਵੇ। ਜਿਵੇਂ ਹਰਿਆਣਾ ਰਾਈਫਲ ਐਸੋਸੀਏਸ਼ਨ ਦੇ ਮੈਚ ਹੁੰਦੇ ਨੇ, ਹੁਣ ਵੀ ਇਸ ਮੈਚ ਤੋਂ ਬਾਅਦ ਜਸਟ ਮੇਲ ਆਈ ਹੋਈ ਹੈ, 9 ਤਰੀਕ ਨੂੰ ਇਹ ਪਾਰਟੀਸਪੇਟ ਕਰ ਰਿਹਾ, ਆਲ ਇੰਡੀਆ ਚੈਂਪੀਅਨਸ਼ਿਪ ਹੋਣ ਜਾ ਰਹੀ ਹੈ, ਡਾਕਟਰ ਕਰਨੀ ਸਿੰਘ ਰੇਂਜ ਜਿਹੜੀ ਸਾਡੀ ਇੰਟਰਨੈਸ਼ਨਲ ਰੇਂਜ ਹੈ, ਉਹਦੇ ਵਿੱਚ ਬੱਚਾ ਪਾਰਟੀਸਪੇਟ ਕਰੇਗਾ। ਔਰ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਾਂਗੇ ਵੀ ਸਾਡਾ ਬੱਚਾ ਉੱਥੋਂ ਵੀ ਮੈਡਲ ਲੈ ਕੇ ਆਵੇ। ਕਿਤੇ ਨਾ ਕਿਤੇ ਉੱਥੇ ਬਹੁਤ ਸਾਰੀਆਂ ਫੈਡਰੇਸ਼ਨਾਂ ਜਿਵੇਂ ਨੇਵੀ, ਬਿਜਲੀ ਬੋਰਡ, ਹੋਰ ਕੈਪੇ ਪਾਈ, ਇਸ ਤਰ੍ਹਾਂ ਜਿਹੜੀਆਂ ਫੈਡਰੇਸ਼ਨਾਂ ਨੇ ਉਹਦੇ ਵਿੱਚੋਂ ਬੱਚੇ ਲੈਂਦੀਆਂ ਨੇ, ਤੇ ਉਸ ਫੈਡਰੇਸ਼ਨਾਂ ਦਾ ਜਿਹੜਾ ਐਡਾ ਵੱਡਾ ਮੈਚ ਹੈ ਉਹਦੇ ਵਿੱਚ ਵੀ ਸਾਡਾ ਬੱਚਾ ਖੇਡਣ ਜਾ ਰਿਹਾ। ਔਰ ਜਿਹੜੀ ਇਹ 67ਵੀਂ ਨੈਸ਼ਨਲ ਚੈਂਪੀਅਨਸ਼ਿਪ ਭੋਪਾਲ ਦੇ ਵਿੱਚ ਜਿਹੜੀ ਹੋਈ ਬੀਤੇ ਦਿਨਾਂ ਦੇ ਵਿੱਚ, 27 ਤੋਂ ਲੈ ਕੇ 1 ਤਰੀਕ ਤੱਕ ਜਿਹੜਾ ਹੈ ਉਹ ਮੈਚ ਦਾ ਟਾਈਮ ਸੀਗਾ। 24 ਤਰੀਕ ਨੂੰ ਬਾਏ ਏਅਰ ਮੇਰਾ ਬੇਟਾ ਨਵਕੀਰਤ ਗਿੱਲ ਤੇ ਇਹਨਾਂ ਦੇ ਕੋਚ ਰਾਕੇਸ਼ ਕੁਮਾਰ ਜੀ ਜਿਹੜੇ ਨੇ ਜੋਰਬਾ ਸ਼ੂਟਿੰਗ ਅਕੈਡਮੀ ਹੈ ਕੋਟ ਕਲੋਨੀ ਦੇ ਵਿੱਚ, ਉਹਦੇ ਵਿੱਚ ਲਗਾਤਾਰ ਪ੍ਰੈਕਟਿਸ ਕਰ ਰਿਹਾ, ਤਾਂ ਦੋਨੋਂ ਜਾਣੇ ਬਾਏ ਏਅਰ ਗਏ ਸੀਗੇ ਔਰ ਉੱਥੇ ਬੱਚਿਆਂ ਨੇ ਆਪਦਾ ਦਮਖਮ ਦਿਖਾਇਆ ਔਰ ਟੀਮ ਦੇ ਵਿੱਚੋਂ ਇਹਦਾ ਸਿਲਵਰ ਮੈਡਲ ਆਇਆ। ਬੜੀ ਖੁਸ਼ੀ ਵਾਲੀ ਗੱਲ ਹੈ ਔਰ ਮੈਂ ਪਰਮਾਤਮਾ ਅੱਗੇ ਅਰਦਾਸ ਕਰੂੰਗਾ ਕਿ ਸਭ ਦੇ ਬੱਚੇ ਕਾਮਯਾਬ ਹੋਣ। ਗਿੱਲ ਸਾਹਿਬ, ਜਿਵੇਂ ਦੇਖੀਏ ਕਿ ਦੇਖੋ 13.5 ਸਾਲ ਦਾ ਬੱਚਾ ਹੈ, ਹਨਾ, ਬਹੁਤ ਛੋਟੀ ਉਮਰ ਹੈ ਤੇ ਕਾਫੀ ਮੈਡਲ ਲੈ ਕੇ ਆ ਵੀ ਚੁੱਕਿਆ ਹੈ, ਨੇਚਰ ਕਿਹੋ ਜਿਹੀ ਹੈ ਬੱਚੇ ਦੀ, ਕਿਵੇਂ ਮਤਲਬ ਗੇਮਸ ਵੱਲ ਕਿਵੇਂ ਪ੍ਰੇਰਿਤ ਹੋਇਆ, ਘਰ ਦੇ ਵਿੱਚ ਪਹਿਲਾਂ ਵੀ ਕਿਸੇ ਨੇ ਗੇਮ ਵਗੈਰਾ ਖੇਡੀ ਹੈ? ਸਾਡੇ ਘਰ ਦੇ ਵਿੱਚ ਅਗਰ ਮੈਂ ਗੱਲ ਕਰਾਂ, ਮੇਰੇ ਚਾਚਾ ਜੀ ਸਰਦਾਰ ਗੁਰਬਖਸ਼ ਸਿੰਘ ਗਿੱਲ ਜੋ ਕਿ ਕਬੱਡੀ ਦੇ ਇੱਕ ਬਹੁਤ ਵੱਡੇ ਸੁਪਰ ਸਟਾਰ ਸੀਗੇ, ਉਹ ਅੱਜ ਮੌਕੇ ਤੇ ਆਸਟ੍ਰੇਲੀਆ ਨੇ, ਉਹਨਾਂ ਦੇ ਬੱਚੇ ਆਸਟ੍ਰੇਲੀਆ PR ਨੇ, ਚਾਚਾ ਚਾਚੀ ਜੀ ਵੀ ਆਸਟ੍ਰੇਲੀਆ ਨੇ, ਤੇ ਮੈਂ ਵੀ ਆਪਦੇ ਟਾਈਮ ਦੇ ਵਿੱਚ ਸਟੇਟ ਲੈਵਲ ਦਾ ਬਹੁਤ ਅੱਛਾ ਪਲੇਅਰ ਰਿਹਾ। ਕਿਤੇ ਨਾ ਕਿਤੇ ਪਰਿਵਾਰ ਦੀਆਂ ਕੁਛ ਮਜਬੂਰੀਆਂ ਸੀ ਜਿਹਦੇ ਕਰਕੇ ਮੈਨੂੰ ਗੇਮ ਛੱਡਣੀ ਪਈ, ਮੇਰੇ 7 ਵੀ ਵੱਜ ਗਈ ਸੀ, ਉਸ ਤੋਂ ਬਾਅਦ ਮੈਂ ਆਪਦੇ ਬਿਜ਼ਨਸ ਵਾਲੇ ਬੰਨੇ ਹੋ ਗਿਆ, ਸਟੱਡੀ ਵਾਲੇ ਬੰਨੇ ਹੋ ਗਿਆ। ਤਾਂ ਪਰਿਵਾਰ ਦੇ ਵਿੱਚ ਜਿੱਥੋਂ ਤੱਕ ਮੈਂ ਇੱਕ ਗੱਲ ਕਹਾਂ, ਮੇਰੇ ਇਲਾਕਾ ਜੀਵਨ ਨਗਰ ਦੀ ਅਗਰ ਮੈਂ ਗੱਲ ਕਰਾਂ ਤਾਂ ਤੁਸੀਂ, ਤੁਹਾਨੂੰ ਪਤਾ ਹੀ ਹੈ, ਅਗਰ ਸਰਦਾਰਾ ਸਿੰਘ ਜੀ ਦੀ ਮੈਂ ਗੱਲ ਕਰਾਂ ਜਾਂ ਹੋਰ ਬਹੁਤ ਸਾਰੇ ਪਲੇਅਰ ਨੇ ਜਿਹੜੇ, ਮੈਂ ਤੁਹਾਨੂੰ ਇੱਕ ਗੱਲ ਦੱਸ ਦੇਣਾ ਚਾਹੁੰਦਾ ਕਿ ਮੇਰਾ ਪਿੰਡ ਜਿਹੜਾ ਹੈ ਉਹਦੇ ਉੱਤੇ ਪਰਮਾਤਮਾ ਦੀ ਬੜੀ ਮਿਹਰ ਹੈ, ਬਹੁਤ ਬਹੁਤ ਵੱਡੇ ਪਲੇਅਰ ਹੋਏ ਨੇ ਮੇਰੇ ਪਿੰਡ ਦੇ ਵਿੱਚੋਂ। ਰੱਸਾ ਕੱਸੀ ਦੇ ਵਿੱਚ ਇੰਡੀਆ ਵੱਲੋਂ ਜਿਹੜੀ ਇੰਡੀਆ ਦੀ ਟਗ ਆਫ ਵਾਰ ਦੀ ਜਿਹੜੀ ਟੀਮ ਸੀ ਉਹਦੇ 90% ਜਿਹੜੇ ਪਲੇਅਰ ਸੀ ਉਹ ਮੇਰੇ ਪਿੰਡ ਦੇ ਸੀ ਸਾਰੇ, ਜਿਹੜੇ ਇੰਡੀਆ ਵੱਲੋਂ ਖੇਡੇ ਸੀਗੇ। ਤਾਂ ਨਵਕੀਰਤ ਜਿਹੜਾ ਹੈ ਮੇਰਾ ਬੇਟਾ, ਮੈਨੂੰ ਬੜੀ ਖੁਸ਼ੀ ਹੈ, ਮੇਰੇ ਪਿੰਡ ਜਗਜੀਤ ਨਗਰ ਹਰੀਪੁਰਾ ਦਾ ਨਾਂ ਰੋਸ਼ਨ ਹੋਇਆ, ਤਾਂ ਬੜੀ ਖੁਸ਼ੀ ਵਾਲੀ ਗੱਲ ਹੈ। ਔਰ ਜਿਹੜਾ ਇੰਸਪਾਇਰੇਸ਼ਨ ਦੀ ਜਿਹੜੀ ਗੱਲ ਹੈ, ਇੰਸਪਾਇਰੇਸ਼ਨ ਦੀ ਜਿਹੜੀ ਤੁਸੀਂ ਗੱਲ ਕਰਦੇ ਹੋ, ਤਾਂ ਕਿਤੇ ਨਾ ਕਿਤੇ ਬੱਚਾ ਜਿਹੜਾ ਹੈ ਉਹਦੀ ਇੱਕੋ ਹੀ ਸੋਚ ਹੈ ਵੀ ਅਭਿਨਵ ਬਿੰਦਰਾ ਵਾਂਗੂ ਵੀ ਇੱਕ ਦਿਨ ਮੈਂ ਓਲੰਪਿਕ ਦੇ ਵਿੱਚੋਂ ਮੈਡਲ ਲੈ ਕੇ ਆਉਣਾ। ਔਰ ਮੈਨੂੰ ਉਮੀਦ ਵੀ ਹੈ ਔਰ ਮੈਨੂੰ ਇਸ ਗੱਲ ਦਾ ਕੌਨਫੀਡੈਂਸ ਵੀ ਹੈ ਮੇਰੇ ਬੱਚੇ ਤੇ, ਕਿਉਂਕਿ ਮੇਰਾ ਖਿਆਲ ਸ਼ਾਇਦ ਨਾ ਸਕੂਲੀ ਜੋ ਵਰਲਡ ਕੱਪ ਹੈ, ਯਾਨੀ ਤੁਸੀਂ ਇੱਕ ਚੀਜ਼ ਦੇਖੋ, ਹੁਣ ਨੈਸ਼ਨਲ ਦੇ ਵਿੱਚੋਂ ਇਹਦਾ ਮੈਡਲ ਆ, ਤਾਂ ਲੋਕਡਾਊਨ ਕਰਕੇ ਸਕੂਲੀ ਵਰਲਡ ਕੱਪ ਜਿਹੜਾ ਹੈ ਪਿਛਲੇ ਲਗਭਗ 5-7 ਸਾਲ ਤੋਂ ਨਹੀਂ ਹੋਇਆ। ਔਰ ਉਮੀਦ ਹੈ ਵੀ ਇੱਕ ਅੱਧੇ ਸਾਲ ਦੇ ਵਿੱਚ ਜਿਹੜਾ ਹੈ ਸਕੂਲੀ ਵਰਲਡ ਕੱਪ ਹੋਣ ਜਾ ਰਿਹਾ ਹੈ, ਔਰ ਅਸੀਂ ਉਮੀਦ ਕਰਦੇ ਹਾਂ ਕਿ ਪਰਮਾਤਮਾ ਮਿਹਰ ਕਰੇਗਾ ਔਰ ਸਾਡਾ ਬੱਚਾ ਵਰਲਡ ਕੱਪ ਵੀ ਖੇਡੇਗਾ। ਕਹਿ ਸਕਦੇ ਹਾਂ ਵੀ ਪਿਤਾ ਦੇ ਅਧੂਰੇ ਸੁਪਨਿਆਂ ਨੂੰ ਬੇਟਾ ਪੂਰਾ ਕਰ ਰਿਹਾ। ਪਰਮਾਤਮਾ ਦੀ ਮਿਹਰ, ਤੁਹਾਡੀਆਂ ਸਭ ਦੀਆਂ ਦੁਆਵਾਂ ਔਰ ਬੱਚੇ ਦੀ ਜੋ ਮਿਹਨਤ ਹੈ ਉਹ ਰੰਗ ਲਾਏਗੀ, ਤਾਂ ਕਿਤੇ ਨਾ ਕਿਤੇ ਜਦੋਂ ਅਸੀਂ ਨੈਸ਼ਨਲ ਚੋਂ ਸਾਡਾ ਮੈਡਲ ਆ ਤਾਂ ਹੁਣ ਬੱਚਾ ਮਿਹਨਤ ਕਰੇਗਾ
ਔਰ ਵਰਲਡ ਕੱਪ ਦੇ ਵਿੱਚੋਂ ਵੀ ਅਸੀਂ ਮੈਡਲ ਲੈ ਕੇ ਆਵਾਂਗੇ। ਕਿਤੇ ਨਾ ਕਿਤੇ ਅਗਰ ਮੈਂ ਮੇਰੇ ਹਰਿਆਣਾ ਸਟੇਟ ਦੀ ਗੱਲ ਕਰਾਂ, ਜਿਵੇਂ ਮੈਂ ਪਿੰਡ ਦੀ ਗੱਲ ਕੀਤੀ ਹੈ, ਤਾਂ ਮੈਂ ਅਗਰ ਮੇਰੇ ਹਰਿਆਣਾ ਸਟੇਟ ਦੀ ਗੱਲ ਕਰਾਂ ਤਾਂ ਇਸ ਨੈਸ਼ਨਲ ਚੈਂਪੀਅਨਸ਼ਿਪ ਦੇ ਵਿੱਚ ਪੂਰੇ ਹਰਿਆਣਾ ਸਟੇਟ ਦੇ ਜਿਹੜੇ ਬੱਚੇ ਨੇ ਏਜ ਅਕੋਰਡਿੰਗ, ਜਿਵੇਂ ਅੰਡਰ 14, ਅੰਡਰ 17 ਜਾਂ ਅੰਡਰ 19, ਯਾਨੀ ਸੀਨੀਅਰ ਦੇ ਵਿੱਚ ਜਿਹੜਾ ਹੈ, ਪੂਰੇ 33 ਮੈਡਲ ਜਿਹੜੇ ਨੇ ਪੂਰੇ ਹਰਿਆਣਾ ਨੇ ਉੱਥੋਂ ਜਿਹੜੇ ਅਚੀਵ ਕੀਤੇ ਨੇ। ਕਿਉਂਕਿ ਬੇਟਾ ਜਿਹੜਾ ਹੈ ਉਹ ਅੰਡਰ 14 ਦੇ ਵਿੱਚ ਟੀਮ ਦੇ ਵਿੱਚ ਉਹ ਸਿਲਵਰ ਮੈਡਲ ਆ। ਤਾਂ ਜਿਵੇਂ ਪਹਿਲਵਾਨੀ ਦੇ ਵਿੱਚ ਤੁਸੀਂ ਦੇਖਿਆ ਹੋਣਾ, ਲਗਾਤਾਰ ਜਿਹੜਾ ਹੈ ਹਰਿਆਣੇ ਦਾ ਨਾਂ ਜਿਹੜਾ ਰੋਸ਼ਨ ਹੋਇਆ, ਤਾਂ ਪਿਛਲੇ ਲਗਭਗ ਸਾਲ ਦੋ ਸਾਲ ਤੋਂ ਸ਼ੂਟਿੰਗ ਦੇ ਵਿੱਚ ਵੀ ਹਰਿਆਣਾ ਜਿਹੜਾ ਉਹ ਅੱਗੇ ਹੈ। ਔਰ ਮੇਰਾ ਖਿਆਲ ਸ਼ਾਇਦ ਪਰਮਾਤਮਾ ਮਿਹਰ ਕਰੇ, ਜਿਵੇਂ ਸਾਡੇ ਬੱਚੇ ਮਿਹਨਤ ਕਰ ਰਹੇ ਹੈ, ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਓਲੰਪਿਕ ਦੇ ਵਿੱਚ ਵੀ ਸਰਸਾ ਦਾ ਨਾਂ ਜ਼ਰੂਰ ਜਿਹੜਾ ਹੈ ਉਹ ਰੋਸ਼ਨ ਹੋਏਗਾ। ਤਾਂ ਇਹ ਸਨ ਸਾਡੇ ਨਾਲ ਗੁਰਪ੍ਰੀਤ ਗਿੱਲ ਜੀ ਅਤੇ ਉਹਨਾਂ ਦਾ ਬੇਟਾ ਨਵਕਿਰਤ। ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਬੱਚੇ ਨੇ ਆਪਣੇ ਪਰਿਵਾਰ ਅਤੇ ਆਪਣੇ ਸਕੂਲ, ਆਪਣੇ ਪਿੰਡ ਦਾ ਨਾਂ ਹੈ ਔਰ ਰੋਸ਼ਨ ਕੀਤਾ ਹੈ। ਤੁਹਾਡੀ ਇਸ ਵੀਡੀਓ ਬਾਰੇ ਕੀ ਰਾਏ ਹੈ ਆਪਣੇ ਕਮੈਂਟ ਵਿੱਚ ਜ਼ਰੂਰ ਦੱਸਣਾ। ਧੰਨਵਾਦ।